ਵਧੀਆ ਵਧੀਆ ਆਈਟਮਾਂ ਸਿਰਫ 20-20 ਰੁਪਏ ਦੇ ਅੰਦਰ। ਆਓ ਜਵਾਕ। ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਤੁਹਾਡਾ ਆਪਣੇ ਚੈਨਲ 'ਤੇ ਇੱਕ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਪਹੁੰਚੇ ਹਾਂ ਜਰਗ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰਗ ਦਾ ਮੇਲਾ ਦਿਖਾਵਾਂਗੇ। ਇਹ ਜਰਗ ਦਾ ਪਹਿਲਾ ਮੇਲਾ, ਜਰਗ ਦੇ 3-4 ਮੇਲੇ ਲੱਗਦੇ ਹੁੰਦੇ ਨੇ। ਅੱਜ ਤਰੀਕ ਹੈਗੀ 26 ਮਾਰਚ, ਅਤੇ ਪਿਛਲੀ ਵੀਡੀਓ ਆਪਾਂ ਇੱਕ ਪਾਈ ਸੀਗੀ, ਉਹਦੇ ਵਿੱਚ ਜਰਗ ਦੇ ਮੇਲਿਆਂ ਦੀਆਂ ਸਾਰੀਆਂ ਤਰੀਕਾਂ ਬਾਰੇ ਜਾਣਕਾਰੀ ਦਿੱਤੀ ਸੀ ਕਿ ਕਿਹੜੀਆਂ ਕਿਹੜੀਆਂ ਤਰੀਕਾਂ ਨੂੰ ਇਹ ਮੇਲੇ ਲੱਗਣੇ ਨੇ। ਬਾਕੀ ਤੁਸੀਂ ਪਿੱਛੇ ਦੇਖ ਸਕਦੇ ਹੋ ਮੇਲਾ ਲੱਗ ਚੁੱਕਿਆ। ਆਪਾਂ ਚੱਲਦੇ ਹਾਂ, ਸਾਰਾ ਤੁਹਾਨੂੰ ਮੇਲਾ ਦਿਖਾਉਂਦੇ ਹਾਂ ਵੀਡੀਓ 'ਚ, ਤੁਸੀਂ ਐਂਡ ਤੱਕ ਬਣੇ ਰਹਿਓ। ਅਤੇ ਚੱਲਦੇ ਹਾਂ ਆਪਾਂ, ਤੁਹਾਨੂੰ ਸਾਰਾ ਮੇਲਾ ਦਿਖਾਉਂਦੇ ਹਾਂ। ਅਤੇ ਆਹ ਦੇਖ ਸਕਦੇ ਹੋ ਤੁਸੀਂ ਗੱਡੀਆਂ ਖੜੀਆਂ ਨੇ, ਬਾਕੀ ਸਾਰੇ ਮੱਥਾ ਟੇਕਣ ਆਏ ਨੇ। ਅੱਜ ਪਹਿਲਾ ਮੇਲਾ ਇਹ 26 ਮਾਰਚ, ਅੱਜ ਤਰੀਕ ਆ। ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 3-4 ਮੇਲੇ ਲੱਗਦੇ ਹੁੰਦੇ ਨੇ ਜਰਗ ਦੇ। ਅਤੇ ਆਹ ਦੇਖ ਸਕਦੇ ਹੋ ਦੁਕਾਨਾਂ ਇੱਥੇ ਲੱਗ ਚੁੱਕੀਆਂ ਨੇ, ਲਓ ਜੀ। ਅਤੇ ਇੱਥੇ ਰੋਡ ਦੇ ਨਾਲ ਨਾਲ ਸਾਰੇ ਦੁਕਾਨਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਇੱਧਰ ਵੀ ਲੱਗੀਆਂ, ਦੇਖੋ ਦੁਕਾਨਾਂ। ਬਾਕੀ ਇੱਧਰ ਆ ਖਾਣ ਪੀਣ ਵਾਲੀਆਂ ਵੀ ਲੱਗ ਚੁੱਕੀਆਂ ਨੇਗੀਆਂ। ਅਤੇ ਸਵੇਰ 9:30-10 ਵਜੇ ਦਾ ਟਾਈਮ ਆ। ਬਾਕੀ ਆਹ ਸਾਰੀਆਂ ਦੁਕਾਨਾਂ ਦੇਖ ਸਕਦੇ ਹੋ। ਇਕੱਠ ਹੋਣਾ ਮੇਲੇ ਦੇ ਵਿੱਚ ਸ਼ੁਰੂ ਹੋ ਗਿਆ। ਕਾਫੀ ਸਾਰੀਆਂ ਦੁਕਾਨਾਂ ਲੱਗ ਚੁੱਕੀਆਂ ਨੇ ਖਾਣ ਪੀਣ ਵਾਲੀਆਂ। ਅਤੇ ਕੱਲ੍ਹ ਜਿਵੇਂ ਆਪਾਂ ਮੇਲੇ ਦੀਆਂ ਤਿਆਰੀਆਂ ਵੀ ਦਿਖਾਈਆਂ ਸੀਗੀਆਂ ਵੀਡੀਓ ਦੇ ਵਿੱਚ, ਲਓ ਜੀ। ਅਤੇ ਚੱਲਦੇ ਅੰਦਰ, ਆਪਾਂ ਮੰਦਿਰ ਦੇ ਵਿੱਚ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ। ਬਾਕੀ ਸਾਰਾ ਮੇਲਾ ਆਪਾਂ ਦਿਖਾਉਂਦੇ ਹਾਂਗੇ। ਆਹ ਦੇਖ ਸਕਦੇ ਹੋ ਤੁਸੀਂ ਦੁਕਾਨਾਂ ਲੱਗੀਆਂ ਹੋਈਆਂ ਨੇ। ਅਤੇ ਜਦੋਂ ਵੱਡਾ ਮੇਲਾ ਹੁੰਦਾ ਜਰਗ ਦਾ, ਤਾਂ ਆਹ ਸਾਰੀ ਜਗ੍ਹਾ 'ਚ ਦੁਕਾਨਾਂ ਹੁੰਦੀਆਂ ਨੇ, ਉਹ ਵੀ ਆਪਾਂ ਦਿਖਾਵਾਂਗੇ। ਸਾਰੇ ਮੇਲੇ ਆਪਾਂ ਕਵਰ ਕਰਾਂਗੇ, ਸਾਰੇ ਮੇਲੇ ਦੀਆਂ ਵੀਡੀਓ ਆਪਾਂ ਯੂਟਿਊਬ 'ਤੇ ਪਾਵਾਂਗੇ। ਬਾਕੀ ਇੱਧਰ ਵੀ ਦੇਖੋ, ਆ ਗਈ ਗੰਨੇ ਦੇ ਰਸ ਵਾਲੀ ਦੁਕਾਨ, ਲਓ ਜੀ। ਬਹੁਤ ਦੂਰੋਂ ਦੂਰੋਂ ਇਸ ਮੇਲੇ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਸੰਗਤਾਂ, ਆ ਕੇ ਬਹੁਤ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ। ਅਤੇ ਇੱਧਰਲੇ ਵਾਲੇ ਪਾਸੇ ਪਾਰਕਿੰਗ ਹੈ, ਪਾਰਕਿੰਗ ਦਾ ਇੱਥੇ ਪੂਰਾ ਪ੍ਰਬੰਧ ਆ, ਮੋਟਰਸਾਈਕਲ ਗੱਡੀਆਂ ਖੜਾਉਣ ਦਾ। ਅਤੇ ਰਾਤ ਨੂੰ ਵੀ ਜਿਹੜੇ ਰਾਤ ਰਹਿੰਦੇ ਨੇ, ਹੈ ਨਾ, ਉਹ ਰਾਤ ਨੂੰ ਇੱਥੇ ਪਾਰਕਿੰਗ ਦੇ ਵਿੱਚ ਲਾ ਸਕਦੇ ਨੇ। ਜੇ ਕਿਸੇ ਨੇ ਉਰੇ ਰਾਤ ਠਹਿਰਨਾ ਤਾਂ ਪੂਰਾ ਪ੍ਰਬੰਧ ਆ ਪਾਰਕਿੰਗ ਦਾ। ਅਤੇ ਚੱਲਦੇ ਹਾਂ, ਸਾਰੀਆਂ ਦੁਕਾਨਾਂ ਦਿਖਾਉਂਦੇ ਹਾਂ। ਬਾਕੀ ਆ ਸਾਰੀਆਂ ਮਿਠਿਆਈਆਂ ਵਾਲੀਆਂ ਦੁਕਾਨਾਂ ਦੇਖੋ ਤੁਸੀਂ। ਆਓ ਜੀ, ਜਲੇਬੀਆਂ ਬਣ ਰਹੀਆਂ ਨੇ ਇੱਧਰ। ਬਾਕੀ ਸਾਰਾ ਸਮਾਨ ਜਿਹੜਾ ਉਹ ਬਣ ਕੇ ਤਿਆਰ ਹੈ ਦੁਕਾਨਾਂ 'ਤੇ। ਆ ਪਕੌੜੇ ਨਿਕਲ ਰਹੇ ਨੇ ਲੋ ਗਰਮ ਗਰਮ। ਇਹ ਪੰਜਾਬ ਦੇ ਵੱਡੇ ਮੇਲਿਆਂ ਦੇ ਵਿੱਚੋਂ ਇੱਕ ਮੇਲਾ ਹੈ ਜਿਹੜਾ ਜਰਗ ਦਾ ਮੇਲਾ। ਇੱਧਰ ਵੀ ਦੇਖ ਸਕਦੇ ਹੋ ਤੁਸੀਂ, ਲਓ ਜੀ। ਬਾਕੀ ਹਲੇ ਕੁਛ ਕੁ ਹੋਰ ਦੁਕਾਨਾਂ ਲੱਗ ਜਾਣੀਆਂ ਨੇ, ਜਿਵੇਂ ਅਗਲੇ ਮੇਲੇ ਨੇ ਜਿਹੜੇ, ਉਹਨਾਂ 'ਤੇ ਸਾਰੇ ਜਗ੍ਹਾ ਦੇ ਵਿੱਚ ਦੁਕਾਨਾਂ ਹੋਣਗੀਆਂ। ਬਾਕੀ ਇੱਧਰ ਵੀ ਦੇਖੋ, ਲਓ ਜੀ। ਇੱਧਰ ਝੂਲੇ ਦਿਖਾਉਂਦੇ ਹਾਂ ਤੁਹਾਨੂੰ ਆਪਾਂ। ਆ ਕੁਛ ਕੁ ਝੂਲੇ ਫਿੱਟ ਹੋ ਗਏ, ਕੁਛ ਕੁ ਹੋ ਜਾਣੇ ਨੇ ਅੱਜ। ਪਿਛਲੀ ਵੀਡੀਓ ਦੇ ਵਿੱਚ ਆਪਾਂ ਤਰੀਕਾਂ ਬੋਲਤੀਆਂ ਸੀਗੀਆਂ ਮੇਲਿਆਂ ਦੀਆਂ, ਅਤੇ ਉਹ ਤੁਸੀਂ ਵੀਡੀਓ ਦੇਖ ਸਕਦੇ ਹੋ ਜਾ ਕੇ। ਅਤੇ ਅਗਲਾ ਮੇਲਾ 2 ਤਰੀਕ ਦਾ, ਅਤੇ ਜਵਾਕਾਂ ਵਾਲੇ ਝੂਲੇ ਦੇਖੋ ਲਓ, ਉੱਧਰ ਚੱਲ ਵੀ ਰਹੇ ਨੇ ਝੂਲੇ, ਉਹ ਵੀ ਆਪਾਂ ਦਿਖਾਉਂਦੇ ਹਾਂ ਜਾ ਕੇ। ਅਤੇ ਚੰਡੋਲ ਵੀ ਲੱਗਦਾ ਹੁੰਦਾ ਵੱਡੇ ਮੇਲੇ ਦੇ ਵਿੱਚ, ਚੰਡੋਲ ਵੀ ਲੱਗੂਗਾ। ਹੌਲੀ ਹੌਲੀ ਉਰੇ ਮੇਲਾ ਪੂਰਾ ਭਰ ਜਾਣਾ ਦਿਨਾਂ ਦੇ ਵਿੱਚ। ਆਹ ਦੇਖੋ ਲਓ, ਜਵਾਕ ਲੱਗੇ ਹੋਏ ਨੇ ਖੇਡਣ ਝੂਲਿਆਂ 'ਤੇ। ਆਓ ਜਵਾਕ।
ਬਾਕੀ ਆਹ ਵੀ ਆ ਕਾਰਾਂ ਵਾਲੇ ਆ ਸਾਰੇ ਝੂਲੇ ਫਿੱਟ ਹੋ ਗਏ। ਇੱਧਰ ਦੇਖੋ ਤੁਸੀਂ ਦੇਖ ਸਕਦੇ ਹੋ ਝੂਲੇ ਚੱਲ ਵੀ ਰਹੇ ਨੇ ਤੇ ਆ ਰੇਲ ਗੱਡੀ ਵਾਲਾ ਝੂਲਾ ਵੀ ਲੱਗ ਚੁੱਕੇ ਆ। ਲਓ ਜੀ ਤੇ ਆਹ ਸਮਾਨ ਜਿਵੇਂ ਆ ਸਾਰਾ ਪਿਆ ਹੈ ਨਾ ਇਹ ਹੌਲੀ ਹੌਲੀ ਸਾਰੇ ਫਿੱਟ ਹੋ ਜਾਣੇ ਨੇ ਇੱਥੇ ਆ ਇੱਥੇ ਸਾਰੇ ਆਹ ਜਗ੍ਹਾ 'ਚ ਝੂਲੇ ਝੂਲੇ ਹੁੰਦੇ ਨੇ ਚੰਡੋਲ ਹੋ ਗਏ ਜਿਵੇਂ ਹਲੇ ਛੋਟੇ ਝੂਲੇ ਫਿੱਟ ਹੋਏ ਨੇ ਅਤੇ ਵੱਡੇ ਵੀ ਝੂਲੇ ਵੀ ਜਿਹੜੇ ਫਿੱਟ ਹੋ ਜਾਣੇ ਨੇ। ਆਹ ਜਵਾਕਾਂ ਵਾਲਾ ਜੰਪ ਵਾਲਾ ਆ ਗਿਆ ਦੇਖੋ ਇਸ ਤਰ੍ਹਾਂ ਇਹ ਜਗ੍ਹਾ 'ਚ ਸਾਰੇ ਝੂਲੇ ਹੁੰਦੇ ਨੇ। ਬਾਕੀ ਆਹ ਦੇਖ ਸਕਦੇ ਜਿਵੇਂ ਆਹ ਬਾਂਸ ਪਏ ਨੇ ਨਾ ਗੱਡੇ ਉਰੇ ਵੀ ਸਾਰੇ ਟੈਂਟ ਲੱਗ ਜਾਣੇ ਨੇ ਦੁਕਾਨਾਂ ਲੱਗ ਰਹੀਆਂ ਨੇ ਜਿਵੇਂ ਆਹ ਦੁਕਾਨਾਂ ਆਪਾਂ ਤੁਹਾਨੂੰ ਦਿਖਾਈਆਂ ਨੇ ਹਲਵਾਈਆਂ ਵਾਲੀਆਂ ਇਹ ਲਾਸਟ ਮੇਲੇ ਤੱਕ ਰਹਿਣੀਆਂ ਨੇ ਪਹਿਲੇ ਮੇਲੇ ਤੋਂ ਲੈ ਕੇ ਹੁਣ ਇਹ ਲਾਸਟ ਮੇਲੇ ਨੂੰ ਚੱਕਣਗੇ ਉਰੋਂ। ਬਾਕੀ ਉੱਧਰ ਸਾਹਮਣੇ ਵੀ ਦੁਕਾਨ ਲੱਗੀ ਹੋਈ ਆ ਦੇਖ ਸਕਦੇ ਹੋ ਤੁਸੀਂ। ਲਓ ਜੀ ਅਤੇ ਇੱਧਰ ਆਹ ਰਸਤਾ ਜਿਹੜਾ ਮੰਦਰ ਨੂੰ ਜਾਂਦਾ ਅੰਦਰ ਮੰਦਰ ਦੇ ਵੀ ਆਪਾਂ ਦਰਸ਼ਨ ਕਰਵਾਵਾਂਗੇ ਤੁਹਾਨੂੰ ਅਤੇ ਕੱਲ੍ਹ ਵੀ ਬਹੁਤ ਸਾਰੀਆਂ ਸੰਗਤਾਂ ਆਈਆਂ ਨੇ ਇੱਥੇ ਦਰਸ਼ਨਾਂ ਵਾਸਤੇ ਇੱਕ ਦਿਨ ਪਹਿਲਾਂ ਆ ਜਾਂਦੇ ਨੇ ਕਈ ਇੱਥੇ ਰਾਤ ਵੀ ਠਹਿਰਦੇ ਨੇ ਆ ਕੇ। ਆ ਇੱਥੋਂ ਸਾਰਾ ਅੰਦਰ ਮੱਥਾ ਟੇਕਣ ਵਾਸਤੇ ਜਿਹੜਾ ਸਮਾਨ ਆ ਉਹ ਮਿਲਦਾ ਦੇਖੋ ਅਤੇ ਉਸੇ ਤਰ੍ਹਾਂ ਇੱਧਰ ਵੀ ਸਾਰਾ ਅੰਦਰ ਮੱਥਾ ਟੇਕਣ ਵਾਸਤੇ ਆ ਜਿਹੜਾ ਉਹ ਸਮਾਨ ਮਿਲਦਾ। ਬਾਕੀ ਇੱਧਰਲੀ ਸਾਈਡ ਆ ਮੰਦਰ ਆ ਗਿਆ ਹੁਣ ਚੱਲਦੇ ਹਾਂ ਆਪਾਂ ਅੰਦਰ ਮੰਦਰ ਦੇ ਤੁਹਾਨੂੰ ਦਰਸ਼ਨ ਕਰਵਾ ਕੇ ਲੈ ਕੇ ਆਉਂਦੇ ਹਾਂ। ਸੰਗਤ ਨੂੰ ਦੇਖਦੀ ਆ ਇੱਕ ਮੇਰੇ ਬਜ਼ੁਰਗ ਦੀ ਸਕੂਟਰੀ ਦੀ ਚਾਬੀ ਗੁੰਮ ਹੋ ਗਈ ਹੈ ਜੇ ਕਿਸੇ ਦੇ ਮਿਲੀ ਹੋਵੇ ਤਾਂ ਮੰਦਰ ਤੇ ਪਹੁੰਚਾ ਦੇ ਧੰਨਵਾਦ।
ਇੱਧਰ ਆਪਾਂ ਦਰਸ਼ਨ ਕਰਵਾਤੇ ਤੁਹਾਨੂੰ, ਅਤੇ ਹੁਣ ਆਪਾਂ ਚੱਲਦੇ ਹਾਂ ਨੀਚੇ ਵਾਲੇ ਪਾਸੇ ਅਤੇ ਨੀਚੇ ਜਾ ਕੇ ਦਰਸ਼ਨ ਕਰਵਾਉਂਦੇ ਹਾਂ। ਅਤੇ ਚੱਲਦੇ ਹਾਂ ਹੁਣ ਆਪਾਂ ਆਹ ਵਾਲੇ ਪਾਸੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ। ਇੱਧਰ ਵੀ ਸੰਗਤਾਂ ਦਾ ਕੱਟ ਤੁਸੀਂ ਦੇਖ ਸਕਦੇ ਹੋ ਦਰਸ਼ਨਾਂ ਵਾਸਤੇ। ਅਤੇ ਆਹ ਵਾਲੇ ਪਾਸੇ ਜਦੋਂ ਵੱਡਾ ਮੇਲਾ ਹੁੰਦਾ ਨਾ, ਪੂਰੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ, ਆਹ ਜਿਹੜੇ ਆਹ ਪਾਈਪ ਲਾਏ ਹੋਏ ਨੇ ਇਹ ਲਾਈਨਾਂ ਵਾਸਤੇ ਨੇ, ਸੰਗਤਾਂ ਵਾਸਤੇ ਨੇ, ਤਾਂ ਕਿ ਦਰਸ਼ਨ ਆਸਾਨੀ ਨਾਲ ਹੋ ਸਕਣ। ਸਾਰੇ ਮੇਲੇ ਆਪਾਂ ਜਰਗ ਦੇ ਇਸ ਵਾਰ ਤੁਹਾਨੂੰ ਦਿਖਾਵਾਂਗੇ। ਬਾਕੀ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਕਰ ਲਿਓ। ਇੱਧਰ ਆਪਾਂ ਤੁਹਾਨੂੰ ਦਰਸ਼ਨ ਕਰਵਾਤੇ ਅਤੇ ਆਪਾਂ ਹੁਣ ਦੂਸਰੇ ਮੰਦਿਰ ਦੇ ਵਿੱਚ ਚੱਲਦੇ ਹਾਂ, ਦਰਸ਼ਨ ਕਰਵਾਉਂਦੇ ਹਾਂ। ਅਤੇ ਜਰਗ ਦੇ ਮੇਲੇ 'ਤੇ ਗੁਲਗੁਲਿਆਂ ਦਾ ਮੱਥਾ ਟੇਕਦਾ, ਤੁਸੀਂ ਦੇਖ ਸਕਦੇ ਹੋ ਜਿਵੇਂ ਇੱਥੇ ਵੀ ਮੱਥਾ ਟੇਕਿਆ ਹੋਇਆ ਨਾ, ਉੱਪਰ ਵੀ ਆਪਾਂ ਦਿਖਾਇਆ ਸੀ, ਅਤੇ ਗੁਲਗੁਲਿਆਂ ਦਾ ਮੱਥਾ ਟੇਕਿਆ ਜਾਂਦਾ ਜਰਗ ਦੇ ਮੇਲੇ 'ਤੇ। ਬਾਕੀ ਜਿਹੜਾ ਇਹ ਮੇਲਾ ਬਹੁਤ ਸਾਲਾਂ ਤੋਂ ਲੱਗਦਾ ਆ ਰਿਹਾ, ਅਤੇ ਮਤਲਬ ਬਹੁਤ ਲੰਬੇ ਸਮੇਂ ਤੋਂ,
ਕਈ ਸੌ ਸਾਲ ਹਜ਼ਾਰ ਸਾਲ ਪੁਰਾਣਾ ਇਹ ਮੇਲਾ, ਬਹੁਤ ਵੱਡਾ ਮੇਲਾ, ਮਸ਼ਹੂਰ ਮੇਲਾ ਇਹ ਜਰਗ ਦਾ ਮੇਲਾ ਜਿਹੜਾ। ਅਤੇ ਇੱਧਰ ਚੱਲਦੇ ਹਾਂ ਹੁਣ ਬਾਹ ਵਾਲੇ ਪਾਸੇ, ਦਰਸ਼ਨ ਕਰਵਾਉਂਦੇ ਹਾਂ। ਦੇਖੋ ਸਾਰੇ ਕਿਤੇ ਆਪਣਾ ਗੁਲਗੁਲਿਆਂ ਦਾ ਮੱਥਾ ਜਿਹੜਾ ਉਹ ਟੇਕਿਆ ਜਾਂਦਾ। ਇੱਥੇ ਚੱਲਦੇ ਹਾਂ ਆਪਾਂ, ਇਹ ਮੰਦਿਰ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ। ਇੱਧਰ ਵੀ ਦੇਖ ਸਕਦੇ ਹੋ, ਇੱਥੇ ਵੀ ਜਿਵੇਂ ਗੁਲਗੁਲਿਆਂ ਦਾ ਮੱਥਾ ਟਿਕਦਾ। Thank you.
ਬਾਕੀ ਦੇਖ ਸਕਦੇ ਹੋ ਤੁਸੀਂ ਜਿਵੇਂ ਜਿਵੇਂ ਦਿਨ ਚੜ੍ਹਨਾ ਉਵੇਂ ਉਵੇਂ ਇੱਥੇ ਕੱਛਪ ਜਿਹੜਾ ਉਹ ਵੱਧ ਜਾਣਾ ਸੰਗਤਾਂ ਦਾ ਦਰਸ਼ਨਾਂ ਵਾਸਤੇ। ਇੱਧਰ ਲਾਈਨ ਦੇਖੋ ਜਿਹੜੀ ਉਹ ਵੱਡੀ ਹੋ ਗਈ, ਦੇਖ ਸਕਦੇ ਹੋ ਤੁਸੀਂ। ਦਰਸ਼ਨਾਂ ਵਾਸਤੇ ਬਾਹਰ ਵੀ ਮੇਲਾ ਪੂਰਾ ਭੱਗ ਗਿਆ, ਆਪਾਂ ਦਿਖਾਉਂਦੇ ਹਾਂ ਤੁਹਾਨੂੰ ਚੱਲ ਕੇ ਜਿੱਧਰੋਂ ਆਪਾਂ ਆਏ ਸੀ ਜਿੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ। ਅਤੇ ਜਿਵੇਂ ਜਿਵੇਂ ਦਿਨ ਇਹ ਚੜ੍ਹੀ ਜਾਣਾ ਉਵੇਂ ਉਵੇਂ ਇੱਥੇ ਜਿਹੜਾ ਇਕੱਠਾ ਸੰਗਤਾਂ ਦਾ ਉਹ ਵਧੀ ਜਾਊਗਾ। ਲਓ ਦੇਖ ਸਕਦੇ ਹੋ ਤੁਸੀਂ ਪਹਿਲਾਂ ਨਾਲੋਂ ਇਕੱਠਾ ਜਿਹੜਾ ਬਹੁਤ ਵੱਧ ਗਿਆ। ਇੱਕ ਦਿਨ ਪਹਿਲਾਂ ਤੋਂ ਹੀ ਇੱਥੇ ਜਿਹੜਾ ਇਕੱਠ ਸ਼ੁਰੂ ਹੋ ਜਾਂਦਾ। ਕੱਲ੍ਹ ਵੀ ਅਸੀਂ ਸ਼ਾਮ ਨੂੰ ਆਏ ਸੀ, ਆਪਾਂ ਵੀਡੀਓ ਪਾਈ ਸੀ, ਉਦੋਂ ਵੀ ਕਾਫੀ ਇਕੱਠ ਸੀਗਾ, ਸੰਗਤਾਂ ਆਉਣ ਲੱਗ ਗਈਆਂ ਸੀਗੀਆਂ ਮੱਥਾ ਟੇਕਣ ਵਾਸਤੇ। ਅਤੇ ਇੱਧਰੋਂ ਵੀ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਜਰਗ ਦੇ ਮੇਲੇ 'ਤੇ ਲੰਗਰ ਦਾ ਜਿਹੜਾ ਉਹ ਖਾਸ ਪ੍ਰਬੰਧ ਹੁੰਦਾ। ਇੱਧਰ ਦੇਖੋ ਲੰਗਰ ਆ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ, ਪ੍ਰਸ਼ਾਦੇ ਤਿਆਰ ਹੋ ਰਹੇ ਨੇ। ਬਾਕੀ ਇੱਧਰ ਵੀ ਦੇਖੋ ਚਾਹ ਤਿਆਰ ਹੋ ਰਹੀ ਆ, ਸੇਵਾਦਾਰਾਂ ਵੱਲੋਂ ਚਾਹ ਤਿਆਰ ਕੀਤੀ ਜਾ ਰਹੀ ਆ ਲੰਗਰ ਵਾਸਤੇ। ਬਾਕੀ ਸਾਰਾ ਇੱਧਰ ਲੰਗਰ ਵੀ ਤਿਆਰ ਆ। ਉੱਧਰ ਵੀ ਸੇਵਾਦਾਰ ਲੱਗੇ ਹੋਏ ਨੇ ਦੇਖੋ। ਲੈ ਵੀ ਅੰਮ੍ਰਿਤ ਵਜਾ ਕੇ ਦੇਖਦਾ ਤੂੰ ਵੀ ਕਿੰਨੇ ਦੀ ਆ ਬਾਈ, ਕਹਿੰਦਾ 50 ਦੀ ਆ। ਥੋੜਾ ਜਿਹਾ ਫਰਕ ਆ, ਥੋੜਾ ਜਿਹਾ ਫਰਕ ਆ।
ਤੇ ਸੜਕ ਤੇ ਵੀ ਸਾਰੇ ਦੁਕਾਨਾਂ ਲੱਗ ਗਈਆਂ ਦੇਖੋ, ਜਿਵੇਂ ਆਈਸਕ੍ਰੀਮ ਵਾਲੀਆਂ ਦੁਕਾਨਾਂ, ਬਾਕੀ ਇੱਧਰ ਵੀ ਸੋਡੇ ਵਾਲੀ ਦੁਕਾਨ। ਮੇਲਾ ਪੂਰਾ ਭੱਗ ਗਿਆ, ਦੁਪਹਿਰ ਦਾ ਟਾਈਮ ਹੋ ਗਿਆ, ਹੌਲੀ ਹੌਲੀ ਜਿਵੇਂ ਜਿਵੇਂ ਦਿਨ ਚੜ੍ਹੀ ਜਾਣਾ ਉਵੇਂ ਉਵੇਂ ਮੇਲਾ ਇਹ ਭੱਖੀ ਜਾਣਾ। ਇੱਧਰ ਸਾਰੇ ਦੇਖੋ ਰੋਡ 'ਤੇ ਵੀ ਦੁਕਾਨਾਂ ਲੱਗ ਚੁੱਕੀਆਂ ਨੇ, ਇੱਧਰ ਵੀ ਆ ਦੇਖ ਸਕਦੇ ਹੋ ਤੁਸੀਂ। ਹੌਲੀ ਹੌਲੀ ਜਿਵੇਂ ਅਗਲੇ ਮੇਲੇ ਤੱਕ ਆ ਸਾਰੀ ਸੜਕ 'ਤੇ ਧੁਰ ਤੱਕ ਦੁਕਾਨਾਂ ਲੱਗ ਜਾਣਗੀਆਂ। ਇੱਧਰ ਵੀ ਦੇਖੋ ਬੇਰਾਂ ਵਾਲੀ ਦੁਕਾਨ ਵੀ ਲੱਗ ਚੁੱਕੀ ਆ। ਆਹ ਦੇਖੋ ਇਹ ਹਰੇਕ ਮੇਲੇ ਦੇ ਵਿੱਚ ਹੁੰਦੇ ਨੇ ਜਿਹੜੇ ਬੇਰ ਹੁੰਦੇ ਨੇ। ਆਹ ਦੇਖੋ ਸੋਹਣੇ ਸੋਹਣੇ ਫੁੱਲ ਕਿੰਨੇ ਸੋਹਣੇ ਨੇ ਲੈ। ਕਿੰਨੇ ਦਾ ਬਾਈ ਇੱਕ ਇਹ? 250 ਦਾ ਜੋੜਾ ਜੀ, 100 ਦੇ 4 ਨੇ। ਇਹ ਕਿੰਨੇ ਦੇ? 4 ਨੇ। 100 ਦੇ 4, ਠੀਕ ਹੈ ਜੀ। ਲਓ ਵੀ ਐਂ ਸਾਰੀਆਂ ਦੁਕਾਨਾਂ ਲੱਗ ਚੁੱਕੀਆਂ ਨੇਗੀਆਂ, ਅਤੇ ਆਹ ਵੀ ਲੱਗ ਗਈ ਆਈਸਕ੍ਰੀਮ ਵਾਲੀ, ਅਤੇ ਇੱਧਰ ਵੀ ਦੇਖ ਸਕਦੇ ਜਿਵੇਂ ਆਹ ਗੱਡੀਆਂ ਖੜੀਆਂ ਨੇ, ਹੋਰ ਸਾਰੇ ਲੋਕ ਤੁਰ ਕੇ ਆ ਰਹੇ ਨੇ, ਹੈ ਨਾ, ਸਾਰੇ ਮੇਲੇ 'ਚ ਜਾਣ ਵਾਲੇ ਨੇ। ਬਾਕੀ ਇੱਧਰ ਵੀ ਦੁਕਾਨ ਲੱਗ ਗਈ ਦੇਖੋ। ਲਓ ਜੀ ਆਹ ਚੂੜੀਆਂ ਵਾਲੀਆਂ ਦੁਕਾਨਾਂ, ਖਿਡੌਣੇ ਵਾਲੀਆਂ ਦੁਕਾਨਾਂ, ਅੰਦਰ ਸਾਰਾ ਮੱਥਾ ਟੇਕਣ ਵਾਸਤੇ ਉਹ ਸਾਰੀ ਦੁਕਾਨ। ਇੱਧਰ ਵੀ ਲੱਗ ਗਈ ਖਿਡੌਣੇ ਵਾਲੀ ਦੇਖੋ। ਹਾਂ ਦੇਖ ਸਕਦੇ ਹੋ ਤੁਸੀਂ, ਐਵੇਂ ਸਾਰੇ ਇੱਥੇ ਦੁਕਾਨਾਂ ਲੱਗ ਗਈਆਂ। ਬਾਕੀ ਜਿਵੇਂ ਜਿਵੇਂ ਵੱਡੇ ਮੇਲੇ ਤੱਕ ਇਹ ਸਾਰੀ ਸੜਕ 'ਤੇ ਦੁਕਾਨਾਂ ਲੱਗ ਜਾਣੀਆਂ ਨੇ। ਆਹ ਦੇਖੋ ਆਹ ਵੀ ਖਿਡੌਣੇ ਵਾਲੀ ਦੁਕਾਨ, ਜਵਾਕਾਂ ਦਾ ਸਮਾਨ, ਹੋਰ ਸਾਰਾ ਪਰਸ ਵਗੈਰਾ। ਲਓ ਜੀ ਬਾਕੀ ਆਹ ਸਾਰੀਆਂ ਸੰਗਤਾਂ ਜਿਹੜੀਆਂ ਮੇਲੇ ਦੇ ਵਿੱਚ ਜਾ ਰਹੀਆਂ ਨੇ, ਹੌਲੀ ਹੌਲੀ ਇਕੱਠਾ ਜਿਹੜਾ ਪੂਰਾ ਵੱਧ ਰਿਹਾ ਮੇਲੇ 'ਚ। ਇਹ ਬਾਈ ਹੋਣੀ ਇੱਥੇ ਸੇਵਾਦਾਰ ਨੇ, ਅਤੇ ਆਪਾਂ ਨੂੰ ਸਾਰੇ ਮੇਲਿਆਂ ਬਾਰੇ ਜਾਣਕਾਰੀ ਦੇਣਗੇ। ਹਾਂਜੀ ਬਾਈ, ਕਿਹੜੀ ਕਿਹੜੀ ਤਰੀਕ ਦੇ ਮੇਲੇ ਨੇ ਜੀ? ਸਭ ਤੋਂ ਪਹਿਲਾਂ ਜੈ ਮਾਤਾ ਦੀ ਜੀ, ਤੁਹਾਡੇ ਚੈਨਲ ਦਾ ਧੰਨਵਾਦ। ਜਿਹੜਾ ਪਹਿਲਾ ਮੇਲਾ ਆ 26 ਮਾਰਚ ਮੰਗਲਵਾਰ ਦਾ, ਹਾਂ ਜੀ, ਜਿਹੜਾ ਦੂਸਰਾ ਮੇਲਾ ਆ 2-3 ਦਿਨ ਮੰਗਲਵਾਰ ਦਾ, ਹਾਂ ਜੀ, ਜਿਹੜਾ ਤੀਸਰਾ ਮੇਲਾ ਆ 9-10 ਦਿਨ ਮੰਗਲਵਾਰ ਦਾ। ਠੀਕ ਹੈ ਬਾਈ। ਜਿਹੜਾ ਇਹ ਮੇਲਾ ਆ ਦੂਸਰਾ, ਪਹਿਲਾ ਇਹ ਯਾਨੀ ਕਿ ਹੋਲੀ ਮਹੱਲੇ ਦੇ ਵਿੱਚ ਆ ਗਿਆ, ਘੱਟ ਭਰੂਗਾ। ਜਿਹੜਾ ਦੂਸਰਾ ਮੇਲਾ ਅਤੇ ਤੀਸਰਾ ਮੇਲਾ ਹੋਊਗਾ ਉਹ ਜ਼ਿਆਦਾ ਭਰੂਗਾ। ਠੀਕ ਹੈ ਬਾਈ। ਅਤੇ ਸਾਨੂੰ ਅਪੀਲ ਆ, ਰਿਕੁਐਸਟ ਆ ਕਿ ਆਪਣੇ ਗਹਿਣੇ ਗੱਟੇ ਚੈਨੀਆਂ ਮੋਬਾਈਲ ਆਪਣੇ ਬੱਚੇ ਸੰਭਾਲ ਕੇ ਰੱਖਿਓ। ਜੈ ਮਾਤਾ ਦੀ, ਜੈ ਮਾਤਾ। ਇਹ ਬਾਈ ਤੀਸਰਾ ਮੇਲਾ ਸਭ ਤੋਂ ਵੱਧ ਭਰਦਾ ਹੁੰਦਾ? ਤੀਸਰਾ ਮੇਲਾ, ਠੀਕ ਹੈ ਬਾਈ। ਹਾਂਜੀ, ਅੱਜ ਦੀ ਵੀਡੀਓ ਦਾ ਆਪਾਂ ਕਰਦੇ ਐਂਡ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰਗ ਦਾ ਮੇਲਾ ਦਿਖਾਇਆ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ। ਮਿਲਦੇ ਹਾਂ ਨੈਕਸਟ ਵਲੌਗ 'ਚ। ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।